अस्सलाम वालेकुम जनाब, अली अकबर मुखातब है पंजाबी न्यूज़ का सवाल। तो इस टाइम हैगा जनाब, मैं इकबाल नगर मंडी दे विच तकरीबन 11 बजे का टाइम हो चुका है जनाब। इकबाल नगर मंडी जनाब, इकबाल नगर शहर मियाँ जनू तो चीचा वतनी के सेंटर के इकबाल नगर शहर जनाब, मोटरवे 5 के उत्ते ही उस जगह पर लगती है जनाब। एक काटू की मंडी लगती जनाब, ये ज़्यादातर तुसी देखोगे एक बाखड़ी मही कट्टे वछे वछे तुसी देख सकते हो इधरली साइड ते, यह खड़ोते अगे गड्डियां भी लगियां खड़ियां वा, वह थोड़ा जहा दूर आ तुम दिखाने उतों जाके। इस जगह पर वछे भी कट्टे वछे बाखड़ियां महियां राखू महियां भी आउंदियां गाइयां, यह तुसी देख सकते हो गाइयां देसी तो वलैतना वलैतना का भी झूमट है, तुहानू वी दिखा दिंदे आ जनाब। बाकी तुहानू मालूमात होर दिंदे आ जनाब, व्यापारियों नाल भरावां नाल गल करदे आ और इस मंडी के परों जो भी अपडेट हैगी तुहानू दसदे आ कि माल है इस टाइम किदां विक रहा जानवर। कह मही हैगी काटू जी, चाचे हुणी लै के आए इन्हां कोल पांच की डिमांड शमांड भी पुछदे आ कि चाचे हुणी की डिमांड शमांड की करदे ने। देख सकते हो माशाल्लाह बहुत तगड़िया तगड़िया महियां होंदियां काटूआं दे विच, इहदी चाचे हुणी डिमांड करदे ने 1.5 जनाब। यह हैगी काटू जी, ते थण खराब आ जनाब, यह देख सकदे हो तुसीं। इधर माशाल्लाह बहुत तगड़ी औंसर झोटी आ, देख सकदे जनाब। की करदे आ भाई हुणे नाल गल, ते इहनां कोल पुछदे आ कि इहदा की रेट शेट चल रहा वा जनाब। ਇਹ ਜਨਾਬ ਭਾਈ ਹੁਣੇ ਨੂੰ ਪੁੱਛਦੇ ਆ ਵੀ ਇਹਦੀ ਡਿਮਾਂਡ ਸ਼ਮਾਂਡ ਕੀ ਆ ਕਿ ਇਹਨਾਂ ਨੇ ਖਰੀਦੀ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਇਹ ਭਾਈ ਖਰੀਦੀ ਆ ਕਿ ਆਪਣਾ ਇੱਥੇ ਵੇਚਣ ਵਾਸਤੇ ਲੈ ਕੇ ਆਏ ਹੋ? ਭਾਜੀ ਖਰੀਦੀ ਆ ਜੀ। ਕਿੰਨੇ 'ਚ ਖਰੀਦੀ ਆ ਜਨਾਬ? ਜੀ 81 ਦੀ ਖਰੀਦੀ ਆ। 81 ਦੀ ਇਹ ਭਾਈ ਹੁਣੇ ਨੇ ਖਰੀਦੀ ਆ ਜਨਾਬ, ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ। ਇਹ ਭਾਈ ਹੁਣੇ ਇਹ ਕੱਟਾ ਵੀ ਲੈ ਕੇ ਖੜੇ ਨੇ ਜਨਾਬ, ਆਪਾਂ ਇਹਨੂੰ ਕੋਈ ਦੀ ਡਿਮਾਂਡ ਵੀ ਪੁੱਛ ਲੈਂਦੇ ਹਾਂ। ਕੀ ਡਿਮਾਂਡ ਸ਼ਮਾਨ ਕਰਦੇ ਹੋ ਭਾਜੀ ਇਹਦੀ? ਪਝੱਤਰ ਹਜ਼ਾਰ ਦਾ ਲਿਆ ਵਾ, ਅਤੇ ਭਾਈ ਹੁਣੇ ਨੇ ਇੱਥੋਂ ਲੈ ਕੇ ਇੱਥੇ ਵੇਚਣਾ, ਤਾਂ ਡਿਮਾਂਡ ਕੀ ਕਰਦੇ ਹੋ ਇਹਦੀ? 90 ਆ। ਅੱਛਾ ਜੀ, 75 ਦਾ ਭਾਈ ਹੁਣੇ ਕਹਿੰਦੇ ਲਿਆ, ਅਤੇ ਅਸੀਂ 90 ਦੀ ਡਿਮਾਂਡ ਕਰਦੇ ਹਾਂ ਜਨਾਬ। ਇਹ ਵੀ ਭਾਈ ਹੁਣੇ ਅੱਗੇ ਪੁੱਛਦੇ ਹਾਂ ਕਿ ਇਸ ਮਹੀਂ ਦਾ ਕੀ ਮੰਗਦੇ ਆ, ਇਹ ਵੀ ਹੈ ਤਾਂ ਕਾਟੂ 'ਚ ਆ ਜਨਾਬ। ਚਾਚਾ ਜੀ ਕੀ ਡਿਮਾਂਡ ਕਰਦੇ ਹੋ ਇਹਦੀ? ਕੀ ਡਿਮਾਂਡ ਕੀ ਕਰਦੇ ਹੋ ਇਹਦੀ? 140। ਇਹ ਕਾਟੂ ਜੀ ਆ ਕੇ ਕੋਈ ਦੁੱਧ ਦਿੰਦੀ ਭੋਰਾ? ਕਾਟੂ ਜੀ ਆ 140 ਡਿਮਾਂਡ ਕਰਦੇ ਆ ਜੀ ਕਾਟੂ ਦੇ ਵਿੱਚ। ਭਾਈ ਹੁਣ ਕੋਈ ਵੀ ਪੁੱਛਦੇ ਆ ਭਾਜੀ, ਤੁਸੀਂ ਇਹਦੀ ਕੀ ਡਿਮਾਂਡ ਕਰਦੇ ਹੋ? 85,000 ਰੁਪਈਆ। ਇਹ ਵੀ ਕਾਟੂ ਜੀ ਆ ਭਾਜੀ ਕਿ ਦੁੱਧ ਦਿੰਦੀ ਆ? 3-4 ਕਿਲੋ ਦਿੰਦੀ ਆ। ਅੱਛਾ ਅੱਛਾ, ਇਹ ਜੀ ਜਿਹੜੀਆਂ ਦੇਸਣ ਗਾਵਾਂ ਜਨਾਬ ਉਹ ਗਾਈਆਂ ਇਕਬਾਲ ਨਗਰ ਮੰਡੀ ਦੇ ਵਿੱਚ ਆ, ਇੱਕ ਆ ਭਾਈ ਹੁਣਿਆਂ ਕੋਲ ਵੀ ਗਾਈ ਹੈਗੀ ਆ, ਆਪਾਂ ਇਹਦਾ ਵੀ ਪੁੱਛਦੇ ਹਾਂ ਕਿ ਇਹਦੀ ਕੀ ਡਿਮਾਂਡ ਸ਼ਮਾਨ ਕਰਦੇ ਜਨਾਬ। ਇਹ ਵੀ ਗਾਈ ਮਾਸ਼ਾਅੱਲਾ ਹੈ ਤਾਂ ਸੋਹਣੀ ਉਮਰ ਛੋਟੇ ਕੱਦ ਦੀ ਆ। ਇਹਦੀ ਭਾਈ ਹੁਣੀ 1,05,000 ਰੁਪਇਆ ਡਿਮਾਂਡ ਕਰਦੇ ਨੇ, ਯਾਨੀ ਕਿ 95-95 ਦੇ ਰਾਊਂਡ ਪਾਉਣ 'ਚ ਚਾਰ ਸਾਹਿਬ ਇਹ ਮਿਲ ਜੂਗੀ ਜਨਾਬ। ਇਹ ਬਜ਼ੁਰਗਾਂ ਦਾ ਇੱਕ ਵੱਛਾ ਜਨਾਬ, ਵੱਛਾ ਲੈ ਕੇ ਖੜੋਤੇ ਨੇ ਇਕਬਾਲ ਨਗਰ ਮੰਡੀ ਦੇ ਵਿੱਚ, ਇਹ ਦੇਖ ਸਕਦੇ ਹੋ ਮਾਸ਼ਾਅੱਲਾ ਇਹ ਡਿਮਾਂਡ ਕਰਦੇ ਨੇ ਬਜ਼ੁਰਗ 75,000 ਰੁਪਇਆ ਜਨਾਬ। ਇੱਕ ਪੈਂਟਾ ਪੂੰਡਾ 17-17 ਰਾਊਂਡ ਪਾਉਣ 'ਚ ਮਿਲ ਜੂਗਾ ਜਨਾਬ। ਇਹ ਵੱਛੀ ਆ ਜਨਾਬ ਸਾਹੀਵਾਲ ਨਸਲ ਦੀ, ਅਤੇ ਚਾਚੇ ਹੁਣੀ ਇਹਦੀ ਡਿਮਾਂਡ ਕਰਦੇ ਨੇ 50,000 ਰੁਪਇਆ ਜਨਾਬ। ਇਹ ਵੇਖ ਸਕਦੇ ਹੋ ਮਾਸ਼ਾਅੱਲਾ 50,000 ਰੁਪਇਆ ਚਾਚੇ ਹੁਣੀ ਇਹਦੀ ਡਿਮਾਂਡ ਕਰਦੇ ਨੇ ਜਨਾਬ ਇਕਬਾਲ ਨਗਰ ਮੰਡੀ ਦੇ ਵਿੱਚ ਜਨਾਬ। ਇੱਕ ਇੱਧਰ ਇੱਕ ਗਾਈ ਆ, ਕਾਲਾ ਰੰਗ ਆ ਸਿਆਹ ਜਨਾਬ। ਇਹ ਥੱਲੇ ਤਾਂ ਨਿੱਕੀ ਨਿੱਕੀ ਥਣੀ ਆ ਜਨਾਬ, ਅਤੇ ਉਹ ਸਿਰੋਂ ਭੋਡੀ ਆ। ਭਾਜੀ ਇਹਦੀ ਕੀ ਡਿਮਾਂਡ ਕਰਦੇ ਹੋ? ਡਿਮਾਂਡ ਇਹਦੀ ਕੀ ਆ? 75,000 ਰੁਪਇਆ, ਖਾਲੀ 75,000 ਰੁਪਇਆ ਡਿਮਾਂਡ ਆ ਜਨਾਬ। ਮਾਸ਼ਾਅੱਲਾ ਇੱਦਾਂ ਦਾ ਮਾਲ ਵੀ ਇਕਬਾਲ ਨਗਰ ਮੰਡੀ ਦੇ ਵਿੱਚ ਆਉਂਦਾ। ਇਹ ਦੁੱਧ ਸ਼ੁੱਧ ਵੀ ਹੈਗਾ ਇਹਦੇ ਥੱਲੇ ਭਾਜੀ ਕਿ ਨਹੀਂ? ਦੁੱਧ ਨਹੀਂ ਹੈਗਾ, ਯਾਨੀ ਕਿ ਤੋਕੜ ਆ ਜਨਾਬ। ਇਹ ਭਾਈ ਜੱਜੀ ਸਾਹਿਬ ਨੇ ਜਨਾਬ, ਜਜ਼ਾਦ ਸਾਹਿਬ, ਇਹਨਾਂ ਕੋਲ ਪੁੱਛ ਲੈਂਦੇ ਵੀ ਇਹ ਇਹਦੀ ਕੀ ਡਿਮਾਂਡ ਕਰਦੇ ਨੇ ਜਨਾਬ। ਇਹ ਕੱਟਾ ਜਨਾਬ, ਕੱਟੀ ਕੱਟੀ ਆ ਜਨਾਬ।
ਕੀ ਡਿਮਾਂਡ ਸ਼ਮਾਂਡ ਇਹਦੀ ਜਨਾਬ? ਇਹਦੀ ਡਿਮਾਂਡ ਕਰਦੇ ਨੇ ਜਨਾਬ 80,000 ਰੁਪਈਆ। ਇਹ ਕੱਟੀ ਆ ਜਨਾਬ, ਇਹ ਜਨਾਬ ਮਾਸ਼ਾਅੱਲਾ ਤੁਸੀਂ ਕੱਟਾ ਦੇਖ ਸਕਦੇ ਹੋ। ਹਾਂਜੀ ਡਿਮਾਂਡ ਦੱਸੋ ਜਨਾਬ ਇਹਦੀ। 75,000 ਰੁਪਈਆ ਇਹ ਭਾਜੀ ਦੀ ਡਿਮਾਂਡ 75,000 ਰੁਪਈਆ ਕਰਦੇ ਨੇ ਜਨਾਬ। ਇਹ ਚਾਚੇ ਹੁਣ ਇੱਕ ਕੱਟਾ ਵੀ ਲੈ ਕੇ ਖੜੋਤੇ ਨੇ ਛੋਟਾ ਜਿਹਾ ਰੱਖ, ਇਹਨੂੰ ਕੋਈ ਇਹਦੀ ਡਿਮਾਂਡ ਆਪਾਂ ਪੁੱਛ ਲੈਂਦੇ ਹਾਂ ਜਨਾਬ। ਇਹਦਾ ਚਾਰ ਚੁਫੇਰਾ ਬੈਕ ਸਾਈਡ ਆ ਜਨਾਬ। ਚਾਚਾ ਜੀ ਇਹਦੀ ਡਿਮਾਂਡ ਕੀ ਕਰਦੇ ਹੋ? ਡਿਮਾਂਡ 85,000। 85,000 ਰੁਪਈਆ ਚਾਚੇ ਹੁਣ ਇਹਦੀ ਡਿਮਾਂਡ ਕਰਦੇ ਨੇ ਜਨਾਬ। ਮਾਸ਼ਾਅੱਲਾ ਇਹ ਝੋਟੀ ਬਹੁਤ ਸੋਹਣੀ ਹੈ, 90,000 ਦੀ ਝੋਟੀ ਜਨਾਬ। ਇਹ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਪਿਆਰੀ ਝੋਟੀ ਆ ਜਨਾਬ। ਇਹ ਵੀ ਇਕਬਾਲ ਨਗਰ ਮੰਡੀ ਦੇ ਵਿੱਚ ਆ। ਇਹਦੀ ਡਿਮਾਂਡ ਕਰਦੇ ਨੇ ਜਨਾਬ 1,30,000 ਰੁਪਈਆ ਜਨਾਬ। ਮਾਸ਼ਾਅੱਲਾ ਬਹੁਤ ਪਿਆਰੀ ਝੋਟੀ ਆ। ਇੱਕ ਇੱਧਰ ਵੀ ਝੋਟੀ ਖੜੀ ਹੈ ਜਨਾਬ, ਇਹਨਾਂ ਕੋਲ ਵੀ ਆਪਾਂ ਡਿਮਾਂਡ ਪੁੱਛ ਲੈਂਦੇ ਹਾਂ ਕਿ ਭਾਜੀ ਇਹਨਾਂ ਦੀ ਡਿਮਾਂਡ ਕੀ ਕਰਦੇ ਨੇ। ਇਹ ਝੋਟੀ ਆਪਣੀ ਆ, ਕੀ ਡਿਮਾਂਡ ਸ਼ਮਾਂਡ ਹੈ ਇਹਦੀ? ਕੀ ਡਿਮਾਂਡ ਆ ਅਤੇ ਦੇਣੀ ਕਿੰਨੇ ਦੀ? ਡਿਮਾਂਡ ਕੀ ਆ ਅਤੇ ਦੇਣੀ ਕਿੰਨੇ ਦੀ ਆ? ਅਤੇ ਦੇਣੀ ਕਿੰਨੇ ਦੀ ਆ ਫਾਈਨਲ? ਫਾਈਨਲ ਜਨਾਬ ਕੋਈ ਡੇਢ ਡੂਰ ਦੇ ਰਾਉਂਡ ਪਾਉਣ 'ਚ ਹੈਗੀ ਹੈ, ਬੰਦਾ ਮੰਗਦਾ ਪਿਆ ਜਨਾਬ। ਇਹ ਭਾਈ ਹੁਣ ਇਹਨੇ ਗੋਰੇ ਰੰਗ ਦਾ ਬੱਚਾ ਖਰੀਦਿਆ ਜਨਾਬ। ਇਹਦੀ ਡਿਮਾਂਡ ਤਾਂ ਕਰਦਾ ਪਿਆ 1,00,000 ਰੁਪਈਆ ਦੀ, 80-80 90-90 ਦੇ ਰਾਉਂਡ ਪਾਉਣ 'ਚ ਬਣ ਜੂਗਾ ਜਨਾਬ ਇਹ। ਇਹ ਭਾਈ ਹੁਣ ਇਹਦੇ ਕੋਲ ਕੱਟਾ ਜਨਾਬ, ਇਹ ਤਾਂ ਮਰਿਆ ਜਿਹਾ ਲਿਸਾ ਜਿਹਾ, ਮਗਰ ਇਹਦੀ ਡਿਮਾਂਡ ਕਰਦੇ ਪਏ ਨੇ ਜਨਾਬ ਹੁਣ 50,000 ਰੁਪਈਆ, ਮਗਰ 35-35 ਦੇ ਰਾਉਂਡ ਪਾਉਣ 'ਚ ਬਣ ਜੂ ਜਨਾਬ। ਇਹ ਦੇਖ ਸਕਦੇ ਮਾਸ਼ਾਅੱਲਾ, ਮਾਸ਼ਾਅੱਲਾ ਮਾਲ ਖਰੀਦਿਆ ਜਾ ਰਿਹਾ ਔਰ ਲੈ ਕੇ ਵਾਪਸ ਜਾ ਰਹੀ ਮਾਸ਼ਾਅੱਲਾ। ਇੱਥੋਂ ਖਰੀਦ ਫਰੂਟ ਮਾਸ਼ਾਅੱਲਾ ਬਹੁਤ ਹੁੰਦੀ ਹੈ। ਇਹ ਭਾਈ ਹੁਣੀ ਵੀ ਜਨਾਬ ਇੱਕ ਬੱਚਾ ਲੈ ਕੇ ਖੜੋਤੇ ਨੇ ਜਨਾਬ, ਇਹਨਾਂ ਕੋਈ ਡਿਮਾਂਡ ਵੀ ਆਪਾਂ ਪੁੱਛਦੇ ਹਾਂ। ਭਾਈ ਦੀ ਡਿਮਾਂਡ ਕੀ ਕਰਦੇ ਹੋ? 55,000 ਰੁਪਈਏ ਦੀ ਡਿਮਾਂਡ ਕਰਦੇ ਤੇ ਦੇਣਾ ਕਿੰਨੇ ਚਾ? ਬੰਦੇ ਬੜੇ ਬੇਈਮਾਨ ਆ। ਅੱਛਾ ਜੀ, ਤੇ 50 ਦਾ ਵੇਚਿਆ ਤੇ ਵਾਪਸ ਕਰ ਕੇ ਹੁਣ 45 ਲੱਗਦਾ ਪਿਆ। ਅੱਛਾ ਅੱਛਾ, ਇਹ ਮਾਸ਼ਾਅੱਲਾ ਗਾਈਆਂ ਤੁਸੀਂ ਦੇਖ ਸਕਦੇ ਹੋ, ਇਸ ਗਾਈ ਦਾ ਤਾਂ ਰੇਟ ਪਹਿਲੇ ਪੁੱਛਿਆ ਹੋਇਆ ਵਾ। ਇਹ ਬੱਛਾ ਵਾ ਗਾਈ, ਟੈਪ ਬੱਛਾ ਜਨਾਬ। ਇਹ ਇੱਧਰ ਵੀ ਦੇਖ ਸਕਦੇ ਹੋ ਮਾਸ਼ਾਅੱਲਾ। ਇਹ ਭਾਈ ਹੁਣ ਜਨਾਬ ਇੱਕ ਮਹੀਂ ਲੈ ਕੇ ਆਏ ਨੇ ਜਨਾਬ, ਇਹਨੂੰ ਪੁੱਛਿਆ ਵਾ ਡਿਮਾਂਡ। ਕਹਿੰਦੇ ਆ ਜਨਾਬ ਡਿਮਾਂਡ ਅਸੀਂ ਕਰਨੀ ਆ ਇਹਦੀ 1,30,000 ਰੁਪਈਆ ਅਤੇ ਫਾਈਨਲ 1,00,000 10-10 ਦੇ ਰਾਉਂਡ ਪਾਉਂਡ 'ਚ ਦੇ ਦੇਣਗੇ ਜਨਾਬ। ਇਹ ਭਾਅ ਜੀ ਇਹਦੇ ਥੱਲੇ ਦੁੱਧ ਸ਼ੁੱਧ ਵੀ ਹੈਗਾ ਕਿ ਨਹੀਂ? ਕਿੰਨਾ ਕੁ ਦੁੱਧ ਬਾਈ ਜਾਨ? ਇਹਨੂੰ ਪਾਉਣ ਨਾਲ ਹੀ ਹੈ, ਟਾਂਡ ਖਾਂਦੀ ਆਈ ਹੁਣ ਤੇ ਇਹਨੇ 2 ਕਿਲੋ ਹੀ ਦੇਣਾ। ਅੱਛਾ ਅੱਛਾ, ਚਲੋ ਮਾਸ਼ਾਅੱਲਾ। ਹੁਣ ਇਹ ਥਣਾ ਥੁਣਾ ਠੀਕ ਆ? ਚਾਚੇ ਹੁਣ ਇੱਕ ਬੱਛਾ ਅਤੇ ਇੱਕ ਮਹੀਂ ਜਨਾਬ ਲੈ ਕੇ ਆਏ ਹੋਏ ਨੇ ਵੇਚਣ ਵਾਸਤੇ ਜਨਾਬ, ਅਤੇ ਆਪਾਂ ਇਹਨੇ ਕੋਈ ਡਿਮਾਂਡ ਸ਼ਮਾਂਡ ਵੀ ਚਾਚੇ ਨੂੰ ਪੁੱਛਦੇ ਹਾਂ ਵੀ ਇੱਕ ਦੁੱਧ ਸ਼ੁੱਧ ਵੀ ਦਿੰਦੀ ਹੈ ਜਾਂ ਕਿ ਕਾਟੂ ਦੇ ਵਿੱਚ ਆ। ਇਹ ਦੇਖ ਸਕਦੇ ਹੋ ਮਾਸ਼ਾਅੱਲਾ, ਆਪਾਂ ਬਜ਼ੁਰਗਾਂ ਨਾਲ ਕਰਦੇ ਹਾਂ ਗੱਲ ਜਨਾਬ। ਇਹ ਇੱਧਰੋਂ ਜਨਾਬ ਇਹਨਾਂ ਦਾ ਫਰੈਂਡ ਸਾਈਡ ਤੁਸੀਂ ਦੇਖ ਸਕਦੇ ਹੋ। ਬਾਬਾ ਜੀ ਕੀ ਡਿਮਾਂਡ ਸ਼ਮਾਂਡ ਕਰਦੇ ਤੇ ਬੱਛੇ ਦੀ ਅਤੇ ਇਸ ਮਹੀਂ ਦੀ? ਦੋ ਕਿਲੋ ਬਜ਼ੁਰਗ ਕਹਿੰਦੇ ਟਾਈਮ ਦਾ ਹੈਗਾ। ਇਹ ਮਾਸ਼ਾਅੱਲਾ ਦੇਖ ਸਕਦੇ ਹੋ, ਇਹ ਕੱਟੀਆਂ ਮਾਸ਼ਾਅੱਲਾ ਬਹੁਤ ਖੂਬਸੂਰਤ ਕੱਟੀਆਂ ਨੇ ਚਾਚੀ ਹੁਣੀ, ਹਰ ਵਾਰੀ ਲੈ ਕੇ ਆਉਂਦੇ ਇਹਨਾਂ ਦਾ ਇੱਥੇ ਹੀ ਸਾਈਡ ਤੇ ਮੰਡੀ ਦੀ ਇੱਕ ਸਾਈਡ ਤੇ ਡੇਰਾ ਲਾਇਆ ਹੁੰਦਾ ਜਨਾਬ। ਤੇ ਇਹ ਬੱਛੀਆਂ ਮਾਸ਼ਾਅੱਲਾ ਬਲੈਤਨ, ਇਹਨਾਂ ਦਾ ਵੀ ਇੱਥੇ ਪੱਕਾ ਹੀ ਅੱਡਾ ਬਲੈਤਨ ਬੱਛੀਆਂ ਦਾ ਜਨਾਬ। ਇਹ ਤਕਰੀਬਨ 1,00,000, 1,10,000, 1,20,000 ਦੇ ਰਾਉਂਡ ਪਾਉਣ 'ਚ ਜਨਾਬ। ਇਹ ਦੇਖ ਸਕਦੇ ਮਾਸ਼ਾਅੱਲਾ ਬਹੁਤ ਪਿਆਰੀਆਂ ਬੱਛੀਆਂ ਹੈ। ਬੱਛਾ ਮਾਸ਼ਾਅੱਲਾ ਇਸ ਮੰਡੀ ਦੇ ਵਿੱਚ ਬਹੁਤ ਆਉਂਦਾ, ਤੁਹਾਨੂੰ ਦਿਖਾ ਰਹੇ ਹਾਂ ਜਨਾਬ ਬੱਛਾ। ਕੀ ਹਾਲ ਆ ਜੀ? ਕੀ ਡਿਮਾਂਡ ਸ਼ਮਾਂਡ ਇਹਦੀ ਅਤੇ ਫਾਈਨਲ ਪ੍ਰਾਈਜ਼ ਕੀ ਹੈ ਇਹਦੀ? ਅੱਛਾ ਜੀ, ਅਤੇ ਫਾਈਨਲ ਕੀ ਹੈ ਇਹਦਾ?
अच्छा अच्छा ठीक हो गया। ये भाई हमें डिमांड आ 15 तो कहते फाइनल एक 5 पूंजे का ज्यादा करेंगे जनाब। ये देख सकते माशाल्लाह बड़ा प्यारा बच्छा जनाब। वलैतन गई है माशाल्लाह भी बहुत प्यारी है। तो खैर वेख चुकी है बंदा पता नहीं कितने आ। तो चलो बार कैफ्द खान का मकसद ये होंगे कि जनाब इतने जानवर योजे आ रहा तो बंद चाहिए कि इतने आना आते माल खरीदना। देखो माशाल्लाह जिदा दिया गाइया तुम फिर टुर के लभना शुरू कर दोगे इतने गाइया फिर टुर के नहीं लभदियाँ। मगर इस मंडी के काटू की मंडी इतने बेहतरीन माल आता और सस्ते दामों मिल जाता वा क्योंकि इतों के इलाकाई व्यापारी आते हैं जनाब वो वाधा घाटा करके दे छड़ते। माशाल्लाह गाय देखो कि तगड़ी गाय माशाल्लाह जी गाय तुम दिखा रहे हैं यदि बैक साइड और तेरे को फ्रंट साइड यदि तुम दिखाने जनाब माशाल्लाह यदि फ्रंट साइड चाचा जी की डिमांड कर दो यदि 1.5 लाख तो फाइनल एक 1,40,000 फाइनल यदा हो जूगा चाचे होने कहते मेहरबानी जी। मोहन साहब हमने को बच्छा बच्छा माशाल्लाह बहुत तगड़ा जनाब इन्होंने को भाई डिमांड शिमांड भी पूछते हैं तो फाइनल प्राइज भी पूछते हैं फाइनल प्राइज की है भाजी की डिमांड है दी तो फाइनल की है 1.5 का हो जू 1 डिमांड करते तो 1.5 का फाइनल हो जू जनाब माशाल्लाह। यदि बैक साइड देख सकते जनाब दूसरी साइड है जनाब